ਪੰਡਿਤ ਓਮਕਾਰ ਨਾਥ ਠਾਕਰ ਸਿਆਸਤ ਦੇ ਇੱਕ ਮਹਾਤਮਾ ਆਖਿਆ। ਪੰਡਿਤ ਓਮਕਾਰ ਨਾਥ ਠਾਕਰ ਆਪਣੇ ਇੱਕ ਗਾਇਨ ਨਾਲ ਉਹ ਕਰ ਜਾਂਦੇ ਨੇ ਜੋ ਮੈਥੋਂ ਸੈਂਕੜੇ ਤਕਰੀਰਾਂ ਨਾਲ ਵੀ ਨਹੀਂ ਹੁੰਦਾ। ਇੰਜ ਵਰਤ ਜਾਂਦਾ ਸੀ ਲੋਕਾਂ ਉੱਤੇ ਪੰਡਿਤ ਹੋਰਾਂ ਦਾ ਮੂੰਹ ਮੁਹਾਂਦਰਾ ਅਤੇ ਗਾਣਾ। ਮੰਨੇ ਪਰ ਮੰਨੇ ਗਵਈਏ ਤਾਂ ਉਹ ਹਾਣੀ, ਉੱਤੋਂ ਹੋਂਦ ਵੀ ਅਜਿਹੀ। ਰੂਹ ਅਤੇ ਸੋਚ ਦੇ ਅਚਰਜ ਗੁਣ ਇੱਕ ਹੋਏ ਦਿਸਣੇ। ਬਾਲ ਉਮਰੇ ਲੂੰ ਲੂੰ ਵਗਾਰਾਂ ਥੁੜਾਂ ਅਤੇ ਭੁੱਖਾਂ ਨਾਲ ਪਰੁੱਤਾ ਰਿਹਾ। ਜਫਰਾਂ ਅਤੇ ਦੁੱਖਾਂ ਦੇ ਪਹਾੜ ਢੋ ਕੇ ਵੀ ਉਹਨਾਂ ਦਾ ਸੁਭਾਅ ਜਮਾਂਦਰੂ ਸੱਤ ਅਤੇ ਕੂਲੇ ਵਸਬ ਬਿਵਤਾ ਦੀ ਅੱਗ ਵਿੱਚੋਂ ਨਿੱਤਰਵੇਂ ਨਿਕਲੇ। ਓਮਕਾਰ ਨਾਥ ਜੀ ਦੀ ਹੱਡ ਵਰਤੀ ਦੱਸਦੀ ਏ, ਵੇਲਾ ਲੱਖ ਮੰਦਾ ਹੋਵੇ ਵੱਡਾ ਬਣਨ ਵਾਲਾ ਵੱਡਾ ਬਣ ਕੇ ਰਹਿੰਦਾ। ਇਹੋ ਜਿਹੀਆਂ ਸੱਚੀਆਂ ਹੱਡ ਵਰਤੀਆਂ ਬੰਦੇ ਦਾ ਪਿਛਲੇ ਜਨਮਾਂ ਦੀ ਕੁੱਲ ਖੱਟੀ ਜਾਣੇ ਗਿਆਨ ਬਲ ਅਤੇ ਗੁੜਤ ਉੱਤੇ ਵਿਸ਼ਵਾਸ ਹੋਰ ਦ੍ਰਿੜ ਕਰ ਦਿੰਦੀਆਂ ਨੇ। ਓਮਕਾਰ ਨਾਥ 24 ਜੂਨ 1897 ਨੂੰ ਜ਼ਿਲ੍ਹਾ ਬਦਨਨ ਦੇ ਪਿੰਡ ਜਹਾਜ਼ ਵਿੱਚ ਜੰਮੇ। ਮਾਪਿਆਂ ਦੀ ਚੌਥੀ ਔਲਾਦ ਸਨ। ਦੋ ਭਰਾ ਅਤੇ ਇੱਕ ਭੈਣ ਪਹਿਲੋਂ ਸਨ। ਦਾਦਾ ਪੰਡਿਤ ਮਹਾਂਸ਼ੰਕਰ ਠਾਕਰ ਅਤੇ ਪਿਓ ਪੰਡਿਤ ਗੌਰੀ ਸ਼ੰਕਰ ਆਪੋ ਆਪਣੇ ਵੇਲੇ ਨਾਨਾ ਸਾਹਿਬ ਪੇਸ਼ਵਾ ਅਤੇ ਮਹਾਰਾਣੀ ਜਮਨਾ ਬਾਈ ਦੇ ਸੂਰਮੇ ਰਹਿ। ਪੰਡਿਤ ਗੌਰੀ ਸ਼ੰਕਰ ਨੂੰ ਜੋਗੀ ਅਲੂਨੀ ਬਾਬਾ ਦੇ ਟਕਰਨ ਦੀ ਦੇਰ ਸੀ, ਜੋ ਉਹਨਾਂ ਦੀ ਸਾਰੀ ਜਿਉਣੀ ਤੱਕਣੀ ਵੱਟ ਗਈ। ਦੁਨੀਆਦਾਰੀ ਦੇ ਕੰਮਾਂ ਵਿੱਚੋਂ ਉਹਨਾਂ ਦਾ ਧਿਆਨ ਖੁੱਟਦਾ ਗਿਆ। ਉਹਨਾਂ ਪਰਨਵ ਜਾਂ ਓਮ ਸਾਧਨਾ ਛੋਹ ਦਿੱਤੀ। ਸਾਰਾ ਵੇਲਾ ਇਸੇ ਸਾਧਨਾ ਵਿੱਚ ਰਹਿੰਦੇ। ਇਦੋਂ ਹੀ ਉਹਨਾਂ ਘਰ ਚੌਥਾ ਬੱਚਾ ਹੋਇਆ ਤਾਂ ਉਹਦਾ ਨਾਂ ਓਮਕਾਰ ਨਾਥ ਰੱਖਿਓ ਨੇ। ਗੌਰੀ ਸ਼ੰਕਰ ਜੋਗੀ ਤਾਂ ਨਹੀਂ ਸਨ ਹੋਏ, ਪਰ ਉਹਨਾਂ ਨੂੰ ਦੁਨੀਆਦਾਰੀ ਦੀ ਹੋਸ਼ ਵੀ ਨਹੀਂ ਸੀ ਰਹੀ। ਘਰ ਸਾਂਝਾ ਸੀ, ਇਸ ਕਰਕੇ ਓਮਕਾਰ ਨਾਥ ਦੇ ਮਾਂ ਜੀ ਜਵੇਰ ਬਾ ਦੀ ਕੋਈ ਪੁੱਛ ਨਹੀਂ ਸੀ। ਗੌਰੀ ਸ਼ੰਕਰ ਦੇ ਵੱਡੇ ਭਰਾ ਜਵੇਰ ਬਾ ਨਾਲ ਬੈੜਾ ਵਰਤਦੇ, ਗੱਲ ਗੱਲ ਉੱਤੇ ਨਿੰਦਦੇ ਅਤੇ ਖਰਵਾ ਬੋਲਦੇ। ਉਹਨਾਂ ਦਾ ਸਾਰਾ ਗਹਿਣਾ ਲੱਤਾ ਨੱਪ ਲਿਆ ਅਤੇ ਚੌਂ ਬਾਲਾਂ ਸਣੇ ਘਰੋਂ ਚਿੱਕ ਦਿੱਤੋ ਨੇ। ਜਵੇਰ ਬਾ ਬੜੇ ਅਣਖੀ ਆਪ ਵਸਾਏ ਬੀਬੀ ਸਨ। ਉੱਤੋਂ ਵਜੂਦ ਅਤੇ ਸੋਚ ਵੀ ਤਾਕਤ ਨਾਲ ਭਰਪੂਰ। ਖਾਵੰਦ ਲੱਭਾ ਤਾਂ ਨਿਰਾ ਗੁੰਗ ਦਾਮ, ਫਿਰ ਅਗਲਿਆਂ ਕੋਈ ਆਸਰਾ ਨਾ ਛੱਡਿਆ। ਜਵੇਰ ਬਾ ਨੇ ਲੋਕਾਂ ਘਰੀਂ ਕੰਮ ਕਰਕੇ ਆਪਣੇ ਚਾਰੇ ਬੱਚੇ ਪਾਲੇ। ਇੱਕ ਪਲ ਜੀ ਨਾ ਹਾਰਿਆ, ਕਿਸੇ ਅੱਗੇ ਤਲੀ ਨਾ ਅੱਡੀ। ਆਪਣੀ ਮਾਂ ਦੇ ਤਗੜੇ ਸੁਭਾਅ, ਸਬਰ ਅਤੇ ਅਣਖ ਨੇ ਨਿੱਕੇ ਜਿੰਨੇ ਓਮਕਾਰ ਨਾਥ ਦੇ ਜ਼ਿਹਨ ਉੱਤੇ ਅਨਮਿੱਟ ਨਕਸ਼ ਵਾਏ। ਜਿਵੇਂ ਉਹ ਆਪਣੇ ਪਿੰਡੇ ਦਾ ਖਿਆਲ ਰੱਖਦੇ ਸਨ, ਘੱਟ ਹੀ ਕਿਸੇ ਗਵਈਏ ਰੱਖਿਆ ਹੋਣਾ। ਟੀਚੇ ਬੰਦ ਜੀਵਨ, ਸਾਦੀ ਖਾਦ, ਪਿੰਡਾ ਸੂਤ ਰੱਖਣ ਲਈ ਕਸਰਤ ਦੇ ਪੱਕੇ, ਸੂਰੀਆ ਨਮਸਕਾਰ ਅਤੇ ਤਰਨ ਦੇ ਨਾਲ ਨਾਲ ਉਹਨਾਂ ਗਾਵੇਂ ਭਲਵਾਨ ਤੋਂ ਸਿੱਖੀਆਂ ਕਸਰਤਾਂ ਵੀ ਕਦੀ ਨਹੀਂ ਸਨ ਘੁਸਾਈਆਂ। ਪੰਜਾਬ ਦੇ ਪੇਟੇ ਵਿੱਚ ਵੀ ਆਉਂਦੇ ਨੇ
ਅਕਸਰ ਇਵਾ ਕਸਰਤਾਂ ਕਰਦੇ ਸਨ। ਪਿਓ ਵੱਲੋਂ ਉਹਨਾਂ ਹਿੰਮਤ ਅਤੇ ਮਜ਼ਬੀ ਉਲਾਰ ਲਿਆ, ਪਰ ਨਵ ਸਾਧਨਾ ਦੀ ਰੁਚੀ ਜਿਹਦੇ ਵਿੱਚ ਉਹ ਆਪਣੇ ਪਿਓ ਤੋਂ ਵੀ ਅੱਗੇ ਨਾਦ ਉਪਾਸਨਾ ਤਾਂ ਜਾ ਪੜੇ। ਨਾਦ ਉਪਾਸਨਾ ਹੈ ਸੰਗੀਤ ਰਾਹੀਂ ਬੰਦਗੀ। ਜਦੋਂ ਪਿਓ ਸੰਨਿਆਸ ਲੈ ਕੇ ਨਰਮਦਾ ਦਰਿਆ ਦੇ ਕੰਢੇ ਝੁੱਗੀ ਵਾਸ ਹੋਏ ਤਾਂ ਓਮਕਾਰ ਨਾਥ ਦਾ ਚਿੱਤ ਦੋ ਪਾਸੇ ਵੰਡਿਆ ਗਿਆ। ਇੱਕ ਪਾਸੇ ਉਹਨਾਂ ਨੂੰ ਆਪਣੀ ਮੁਸ਼ਕਤਾ ਮਾਰੀ ਮਾਂ ਦਾ ਪਿਆਰ ਅਤੇ ਖਿਆਲ ਨਾ ਖਲੋਣ ਦਿੰਦਾ, ਅਤੇ ਦੂਜੇ ਪਾਸੇ ਮਜ਼ਹਬ ਵਿੱਚ ਡੁੱਬੇ ਪਿਓ ਦੀ ਮਾਨਤਾ ਨਾ ਟਿਕਣ ਦਿੰਦੀ। ਹਾਂਡੀ ਰੋਟੀ ਕਰਨ ਸਿੱਖ ਗਏ ਸਨ। ਇੱਕ ਵਕੀਲ ਦੇ ਘਰ ਰਸੋਈਏ ਲੱਗ ਗਏ ਤਾਂ ਜੋ ਮਾਂ ਦਾ ਭਾਰ ਹੌਲਾ ਹੋਵੇ। ਨੌਕਰੀ ਵਿੱਚ ਹੀ ਕਈ ਮੀਲ ਭੱਜਦੇ ਪਿਓ ਦੀ ਝੁੱਗੀ ਅੱਪੜਦੇ, ਬੌਕਰ ਬੁਹਾਰੀ ਦਿੰਦੇ, ਰੋਟੀ ਪਕਾਉਂਦੇ, ਪਾਣੀ ਭਰਦੇ ਅਤੇ ਫਿਰ ਆਪਣੀ ਨੌਕਰੀ 'ਤੇ ਆ ਜਾਂਦੇ। ਮਾਂ ਦੀ ਅਣਖ ਅਤੇ ਪਿਓ ਦਾ ਗਿਆਨ ਧਿਆਨ ਉਹਨਾਂ ਦੀ ਖੱਟੀ ਸੀ। ਕੁਝ ਚਿਰ ਇੱਕ ਕਾਰਖਾਨੇ 'ਚ ਵੀ ਕੰਮ ਕੀਤਾ। ਕਾਰਖਾਨੇ ਦਾ ਮਾਲਕ ਉਹਨਾਂ ਦੀ ਸ਼ਕਲ ਸੂਰਤ, ਜ਼ਹਾਨਤ ਅਤੇ ਲਗਨ ਮਿਹਨਤ ਤੋਂ ਇੰਨਾ ਰਾਜ਼ੀ ਹੋਇਆ ਕਿ ਉਹਨਾਂ ਨੂੰ ਪਤਰੇਲਾ ਬਣਾਉਣ ਲਈ ਔਲ ਪਿਆ। ਓਮਕਾਰ ਨਾਥ ਨੇ ਪਿਓ ਨਾਲ ਗੱਲ ਕੀਤੀ ਤਾਂ ਉਹ ਚੋਖੇ ਤੱਤੇ ਹੋਏ। ਮੇਰਾ ਪੁੱਤਰ ਕਿਸੇ ਪੈਸੇ ਵਾਲੇ ਦਾ ਪਤਰੇਲਾ ਨਹੀਂ ਬਣ ਸਕਦਾ। ਸਰਸਵਤੀ ਦੇਵੀ ਦੀ ਕਿਰਪਾ ਨਾਲ ਪੈਸੇ ਵਾਲੇ ਤੇਰੇ ਅੱਗੇ ਪਿੱਛੇ ਫਿਰ ਸਨ। ਦੁਨੀਆਂ ਦੀ ਜਿੱਭ ਉੱਤੇ ਤੇਰਾ ਨਾਂ ਹੋ ਸੀ। ਓਮਕਾਰ ਨਾਥ ਦਰਸ਼ਨ ਕਰਨ ਪਿਓ ਕੋਲ ਅਡਿੱਠ ਤਾਕਤਾਂ ਸਨ। ਉਹਨਾਂ ਨੇ ਆਪਣਾ ਮਰਨ ਦਿਨ ਅਤੇ ਮਰਨ ਘੜੀ ਬਹੁਤ ਅਗਦੋਂ ਹੀ ਦੱਸ ਦਿੱਤੀ ਸੀ। 1910 ਵਿੱਚ ਪੰਡਿਤ ਗੌਰੀ ਸ਼ੰਕਰ ਮਰਨ ਲੱਗਿਆਂ ਸਭ ਥੀ ਲੁੱਡੇ ਪੁੱਤਰ ਓਮਕਾਰ ਨਾਥ ਨੂੰ ਕੋਲ ਬਿਠਾ ਕੇ ਪਾਣ ਦਾ ਪੱਤਾ ਦਿੱਤਾ, ਜਿਹਦੇ ਨਾਲ ਉਹਨਾਂ ਓਮਕਾਰ ਨਾਥ ਦੀ ਜਿੱਭ ਉੱਤੇ ਇੱਕ ਬੜਾ ਹੀ ਖਾਸ ਮੰਤਰ ਲਿਖਿਆ ਸੀ। ਓਮਕਾਰ ਨਾਥ ਦੀ ਸੰਗੀਤ ਨਾਲ ਗੂੜੀ ਲਗਨ, ਤਸ ਅਤੇ ਗੁੱਝੇ ਸੁਰ ਵਰਦਾਨ ਦੀ ਚਰੋਕੀ ਦੱਸ ਪੈਣ ਲੱਗ ਪਈ ਸੀ। ਔੜਕ ਉਹਨਾਂ ਨੂੰ ਬਦੌਖ ਦੇ ਸੇਠ ਸ਼ਾਹਪੁਰ ਜੀ ਮੰਚਰ ਜੀ ਡੂੰਗਾ ਜੀ ਦੀ ਸ਼ਕਲ ਵਿੱਚ ਰੱਬੀ ਮਦਦ ਹੋਈ। ਦਿਆਵਾਨ ਸੇਠ ਓਮਕਾਰ ਨਾਥ ਨੂੰ ਬੰਬਈ ਵਿੱਚ ਪੰਡਿਤ ਵਿਸ਼ਨੂੰ ਡਿਗੰਬਰ ਦੇ ਸੰਗੀਤ ਵਿਦਿਆਲੇ ਭਰਤੀ ਕਰਾ ਦਿੱਤਾ। ਪੰਡਿਤ ਡਿਗੰਬਰ ਦੀ ਪਿਆਰ ਭਰੀ ਅਗਵਾਈ ਅਤੇ ਸਿਖਲਾਈ ਨਾਲ ਓਮਕਾਰ ਨਾਥ ਉੱਤਮ ਗਵੱਈਏ ਬਣੇ। 6 ਵਰ੍ਹਿਆਂ ਦਾ ਮਿਹਰ ਸਮਾਂ ਆਖ ਲਵੋ ਜਾਂ ਗੁਰੂ ਕੁੱਲ ਵਿੱਚ ਗੁਰੂ ਹੋਰਾਂ ਦੇ ਆਪ ਹੋਵਣ ਦੇ ਸੁਭਾਗ, ਓਮਕਾਰ ਨਾਥ ਨੇ ਭਗਤ ਪੁੱਤਰਾਂ ਵਾਕਣ ਆਪਣੇ ਗੁਰੂ ਦੀ ਭਗਤੀ ਕੀਤੀ ਅਤੇ ਉਹ ਸਾਰਾ ਸੰਗੀਤ ਘੋਲ ਕੇ ਪੀ ਲਿਆ ਜਿਹਨੂੰ ਮਨ ਚਰੋਕਾ ਤਸਦਾ ਸੀ। ਗੁਰੂ ਉਹਨਾਂ ਦੀ ਕਰਨੀ ਤੋਂ ਇੰਨੇ ਰਾਜ਼ੀ ਸਨ ਪਈ 1916 ਵਿੱਚ ਲਾਹੌਰ ਗੰਧਰਵ ਮਹਾਵਿਦਿਆਲਾ ਖੋਲ੍ਹਿਓ ਨੇ ਤਾਂ 20 ਵਰ੍ਹਿਆਂ ਦੇ ਓਮਕਾਰ ਨਾਥ ਨੂੰ ਪ੍ਰਿੰਸੀਪਲ ਬਣਾ ਦਿੱਤੋ ਨੇ ਪ੍ਰਿੰਸੀਪਲ ਬਣਾ ਦਿੱਤੋ ਨੇ ਐਡੀ ਵੱਡੀ ਜ਼ਿੰਮੇਵਾਰੀ ਪੂਰੀ ਕਰਦਿਆਂ ਨਰੋਏ ਓਮਕਾਰ ਨਾਥ ਨੇ ਅੰਤਾਂ ਦੀ ਟੀਚੇ ਬੰਦ ਅਤੇ ਨਰੋਲ ਹਯਾਤੀ ਗੁਜ਼ਾਰੀ। ਨੇਰਾ 6 ਘੰਟੇ ਸੌਂਦੇ ਅਤੇ ਰਹਿੰਦੇ 18 ਘੰਟੇ ਆਪਣੇ ਰਿਆਜ਼ ਅਤੇ ਸ਼ਾਗਿਰਦਾਂ ਨੂੰ ਸਿਖਾਵਣ 'ਤੇ ਲਾ ਦਿੰਦੇ। 1918 ਵਿੱਚ
ਇਮਤਿਹਾਨ ਲੈਣ ਬੜੌਦੇ ਗਏ ਤਾਂ ਮਹਾਰਾਜਾ ਸਿਆ ਜੀ ਰਾਓ ਗਾਇਕਵਾੜ ਅਤੇ ਦੀਵਾਨ ਸ੍ਰੀ ਮੰਨੋ ਭਾਈ ਦੇ ਮਨ ਜਿੱਤ ਲੈ। ਇਸੇ ਵਰੇ ਉਹਨਾਂ ਨੂੰ ਜਲੰਧਰ ਦੇ ਜੱਗ ਧੁੰਮੇ ਹਰਵਲਬ ਮੇਲੇ ਵਿੱਚ ਗਾਵਣ ਦਾ ਸੱਦਾ ਮਿਲਿਆ। ਉਹਨਾਂ ਦਾ ਅਤੇ ਪੰਡਿਤ ਭਾਸਕਰ ਰਾਓ ਜੀ ਦਾ ਗਾਣਾ ਇੱਕੇ ਦਿਨ ਹੋਇਆ। ਆਖਦਿਨ ਦੋਵੇਂ ਸੋਹਣੇ ਗਬਰੇਟ ਓਮਕਾਰ ਨਾਥ ਅਤੇ ਹੰਡੇ ਵਰਤੇ ਮਹਾਕਸਬੀ ਭਾਸਕਰ ਰਾਓ ਜੀ ਅਜਿਹਾ ਸੁਥਰਾ ਗਵੇ ਵੀ ਸੁਨੇਹਰਾਂ ਰਾਜ਼ੀ ਹੋ ਕੇ ਰੁਪਈਆਂ ਅਤੇ ਗਾਣਿਆਂ ਦੇ ਟਿੱਗ ਲਾ ਦਿੱਤੇ। ਇਹ ਓਮਕਾਰ ਨਾਥ ਦੇ ਲੰਮੇ ਚਿਰ ਤਾਈਂ ਮੁਰਾਦਬੰਦੀ ਨਾਲ ਗਾਉਂਦਿਆਂ ਰਹਿਣ ਦਾ ਮੁੱਢ ਸੀ। ਸਿੱਖਰਾਂ ਨੂੰ ਪੁੱਜ ਕੇ ਵੀ ਉਹਨਾਂ ਕਦੀ ਨਾਦ ਉਪਾਸਨਾ ਵਿੱਚ ਆਲਕਸ ਨਾ ਕੀਤਾ। ਇਹਦੇ ਨਾਲ ਉਹ ਯੋਗ ਸਾਧਨਾ ਅਤੇ ਕਸਰਤ ਵੀ ਕੀਤੀ ਰੱਖਦੇ। 1922 ਵਿੱਚ ਉਹਨਾਂ ਦਾ ਸੂਰਤ ਦੇ ਇੱਕ ਬਹੁਤ ਵੱਡੇ ਸੇਠ ਦੀ ਧੀ ਇੰਦਰਾ ਦੇਵੀ ਨਾਲ ਵਿਆਹ ਹੋਇਆ। 1924 ਵਿੱਚ ਉਹਨਾਂ ਨੂੰ ਪਹਿਲੀ ਵਾਰ ਨੇਪਾਲ ਤੋਂ ਸ਼ਾਹੀ ਸੱਦਾ ਆਇਆ। ਉਹਨਾਂ ਦਿਨਾਂ ਵਿੱਚ ਨੇਪਾਲ ਦਾ ਪੰਧ ਬੜਾ ਔਖਾ ਸੀ, ਪਰ ਮਹਾਰਾਜਾ ਚੰਦਰ ਸ਼ਮਸ਼ੇਰ ਜੰਗ ਬਹਾਦਰ ਜਿਵੇਂ ਉਹਨਾਂ ਤੋਂ ਰਾਜ਼ੀ ਹੋਇਆ ਅਤੇ ਜਿਵੇਂ ਇਨਾਮਾਂ ਦਾ ਮੀਂਹ ਵਰਾਇਓ ਸੂ, ਉਹਦੇ ਨਾਲ ਪੰਧ ਦੀ ਔਖ ਜਾਂਦੀ ਰਹੀ। ਮਹਾਰਾਜੇ ਨੇ ਉਹਨਾਂ ਨੂੰ 5000 ਰੁਪਈਆ ਰੋਕ ਦਿੱਤਾ ਅਤੇ ਨਾਲੇ 3000 ਰੁਪਏ ਮਹੀਨੇ 'ਤੇ ਦਰਬਾਰੀ ਗਵੱਈਆ ਬਣਨ ਦਾ ਆਖਿਆ। ਓਮਕਾਰ ਨਾਥ ਹੋਰਾਂ ਨਾ ਕਰ ਦਿੱਤੀ। ਅਸਲ ਵਿੱਚ ਉਹ ਆਪਣੇ ਮਾਂ ਜੀ ਕੋਲ ਅਪਣਨ ਨੂੰ ਸੌੜੇ ਪਏ ਹੋਏ ਸਨ, ਜਿਨ੍ਹਾਂ ਦੇ ਪੈਰਾਂ ਉੱਤੇ ਉਹਨਾਂ ਨੇ ਆਉਂਦਿਆਂ ਹੀ ਸਾਰਾ ਰੁਪਇਆ ਪੈਸਾ ਅਤੇ ਇਨਾਮ ਕਰਾਮ ਢੇਰੀ ਕਰ ਦਿੱਤਾ। ਇਸ ਘੜੀ ਦੇ ਸੁਪਨੇ ਵਹਿੰਦਿਆਂ ਤਾਂ ਉਹ ਉਹਨਾਂ ਨੂੰ ਆਹ ਵੇਲਾ ਆ ਗਿਆ ਸੀ। ਰਿਆਜ਼ ਅਤੇ ਪੁਰਾਣੇ ਸ਼ਾਸਤਰਾਂ ਦੀ ਪੜ੍ਹਾਈ ਓਮਕਾਰ ਨਾਥ ਦੀ ਨਿੱਤ ਦੀ ਰੁੱਝ ਬਣ ਗਈ। ਉੱਤੋਂ ਦੇਸ਼ ਭਗਤ ਵੀ ਸਨ। ਉਹ ਬਦੌਕ ਕਾਂਗਰਸ ਦੇ ਚੁਣੇ ਹੋਏ ਸਦਰ ਅਤੇ ਗੁਜਰਾਤ ਸੂਬੇ ਦੀ ਕਾਂਗਰਸ ਕਮੇਟੀ ਦੇ ਮੈਂਬਰ ਸਨ। 1930 ਵਿੱਚ ਉਹਨਾਂ ਨੂੰ ਦੂਜੀ ਵਾਰ ਨੇਪਾਲ ਦਾ ਸੱਦਾ ਆਇਆ। ਐਤਕੀ ਮਹਾਰਾਜੇ ਨੇ ਪਹਿਲਾਂ ਤੋਂ ਵੀ ਚੋਖਾ ਧਨ ਅਤੇ ਆਦਰ ਦਿੱਤਾ, ਹੁਣ ਉਹਨਾਂ ਪਿੱਛੇ ਮੁੜਨ 'ਤੇ ਹਰ ਸ਼ੈ ਆਪਣੇ ਗੁਰੂ ਵਿਸ਼ਨੂੰ ਡਿਗੰਬਰ ਹੋਰਾਂ ਦੇ ਕਦਮੀ ਲਾ ਦਿੱਤੀ। ਇਸ ਤੋਂ ਮਗਰੋਂ ਉਹਨਾਂ ਦੀ ਧੁੰਮ ਦਾ ਕੋਈ ਧੁਰ ਤੱਜ ਨਾ ਰਿਹਾ। ਮੈਸੂਰ, ਹੈਦਰਾਬਾਦ ਅਤੇ ਬੰਗਾਲ ਦਿਆਂ ਸੰਗੀਤ ਮੇਲਿਆਂ ਦੇ ਸੱਦੇ ਆਏ। ਹੈਦਰਾਬਾਦ ਵਿੱਚ ਉਹਨਾਂ ਮਾਲਕਾਂਸ ਗਾਉਂ ਕੇ ਇੰਝ ਲੋਕਾਂ ਦੇ ਦਿਲ ਮੁੱਠੇ ਕਿ ਪੰਡਿਤ ਵਿਸ਼ਨੂੰ ਡਿਗੰਬਰ ਨੇ ਖੁਸ਼ੀ ਅਤੇ ਮਾਣ ਦੇ ਹੰਝੂ ਰੋਲਦਿਆਂ ਕਲਾਵਾ ਭਰ ਲਿਆ। ਪੌਣ ਦਿਨਾਂ ਵਿੱਚ ਇੱਕ ਜੈਨ ਮੱਠ ਵਿੱਚ ਨੌਕਰੀ ਕਰਦਿਆਂ ਓਮਕਾਰ ਨਾਥ ਜੈਨ ਭਿਕਸ਼ੂਆਂ ਤੋਂ ਪੜ੍ਹਨ ਲਿਖਣ ਦੀ ਜਾਚ ਸਿੱਖ ਲਈ। ਹੁਣ ਉਹਨਾਂ ਆਪਣੇ ਆਰ ਨਾਲ ਹਿੰਦੀ, ਮਰਾਠੀ, ਅੰਗਰੇਜ਼ੀ, ਸੰਸਕ੍ਰਿਤ, ਬੰਗਾਲੀ, ਪੰਜਾਬੀ, ਉਰਦੂ ਅਤੇ ਨੇਪਾਲੀ ਬੋਲੀਆਂ ਵੀ ਸਿੱਖ ਲਈਆਂ। ਉਹਨਾਂ ਦੀ ਗਿਆਨ ਤਸ ਦਾ ਓੜਕ ਨਹੀਂ ਸੀ। 1931 ਵਿੱਚ ਆਪਣੇ ਪਿਆਰੇ ਗੁਰੂ ਪੰਡਿਤ ਵਿਸ਼ਨੂੰ ਡਿਗੰਬਰ ਦੇ ਚਲਾਣੇ ਮਗਰੋਂ ਓਮਕਾਰ ਨਾਥ 1933 ਵਿੱਚ ਗਾਉਣ ਲਈ ਇਟਲੀ ਗਏ। ਛੇਤੀ ਉਹਨਾਂ ਦੇ ਮਸੋਲੀਨੀ ਨੂੰ ਗਾਣਾ ਸੁਣਾ ਕੇ ਉਹਦਾ ਜਗਰਾਤਾ ਵੰਜਾ ਦੇਣ ਦੀਆਂ ਕਹਾਣੀਆਂ ਧੁੰਮ ਗਈਆਂ। ਇਦੋਂ ਮਗਰੋਂ ਉਹਨਾਂ ਜਰਮਨੀ, ਹਾਲੈਂਡ, ਬੈਲਜੀਅਮ, ਫਰਾਂਸ, ਲੰਡਨ, ਵੇਲਸ,
ਸਵਿਟਜ਼ਰਲੈਂਡ ਅਤੇ ਹੋਰ ਕਈ ਥਾਈਂ ਗਮਿਆਂ ਲੈਕਚਰ ਦਿੱਤੇ। ਉਹ ਅਫਗਾਨਿਸਤਾਨ ਦੇ ਬਾਦਸ਼ਾਹ ਅਮਾਨ ਉੱਲਾ ਅੱਗੇ ਵੀ ਗਮੇ। ਲੰਡਨ ਵਿੱਚ ਕੁਝ ਬੇਲੀਆਂ ਸਲਾਹ ਦਿੱਤੀ, ਜਾਰਜ ਪੰਜਮ ਨੂੰ ਗਾਣਾ ਸੁਣਾਉਣ ਦੀ ਅਰਜ਼ੀ ਪਾਓ, ਰਾਏ ਬਹਾਦਰ ਬਣ ਜਾਓਗੇ। ਐਡਾ ਡਿੱਗ ਕੇ ਝੂਠਾ ਰਾਏ ਬਹਾਦਰ ਬਣਨ ਅਤੇ ਉਹਨਾਂ ਦਾ ਅਤੇ ਐਡਾ ਡਿੱਗ ਕੇ ਝੂਠਾ ਰਾਏ ਬਹਾਦਰ ਬਣਨ ਅਤੇ ਉਹਨਾਂ ਦਾ ਅੰਦਰਲਾ ਨਾ ਵਿਸਿਆ। ਉਹ ਰੂਸ ਦੇ ਦੌਰੇ 'ਤੇ ਜਾਂਦੇ ਪਏ ਸਨ ਕਿ ਅਚਨਚੇਤ ਉਹਨਾਂ ਨੂੰ ਆਪਣੀ ਤ੍ਰਿਮਤ ਦੇ ਜਨੇਪਾ ਕੱਟਦਿਆਂ ਗੁਜ਼ਰ ਜਾਣ ਦੀ ਖਬਰ ਆ ਗਈ। ਛੱਟ ਹਿੰਦੁਸਤਾਨ ਭੱਜੇ, ਇਸ ਸੱਟ ਨਾਲ ਉਹਨਾਂ ਦੇ ਇੰਝ ਹੋਸ਼ ਗੁਆਚੇ ਕਿ ਚੇਤਾ ਮਾਰਿਆ ਗਿਆ। ਓਮਕਾਰ ਨਾਥ ਆਪਣੇ ਸਾਥਣ ਬਾਰੇ ਬੜੀ ਨਰਮੈਸ਼ ਨਾਲ ਗੱਲ ਕਰਦੇ, ਇੰਦਰਾ ਦੇਵੀ ਦਾ ਧਿਆਨ ਅਤੇ ਸਾਥ ਹੀ ਸੀ ਜਿਹੜਾ ਓਮਕਾਰ ਨਾਥ ਨੂੰ ਸੰਗੀਤ ਵਿੱਚ ਸਿੱਖਣਾ ਤਾਈਂ ਪੁਜਾ ਗਿਆ। ਮੈਨੂੰ ਅੱਜ ਤਾਈਂ ਚੇਤੇ ਜਦੋਂ ਕਲਕੱਤਾ ਕਾਨਫਰੰਸ ਵਿੱਚ ਲੋਕਾਂ ਉਹਨਾਂ ਨੂੰ ਨਿਲਾਮਬਰੀ ਸੁਣਾਉਣ ਦੀ ਫਰਮਾਇਸ਼ ਪਾਈ ਤਾਂ ਉਹਨਾਂ ਹੱਥ ਜੋੜ ਕੇ ਆਖਿਆ, ਇਹ ਰਾਗ ਉਹਨਾਂ ਦੀ ਸੁਰਗਵਾਸੀ ਬੀਵੀ ਨੂੰ ਬੜਾ ਪਸੰਦ ਸੀ, ਇਹਦੇ ਗਮਿਆਂ ਉਹਨਾਂ ਦੀ ਸੁੱਧ ਬੁੱਧ ਗੁਆਜਾ ਸੀ। ਉਹ ਹਮੇਸ਼ ਇੰਦਰਾ ਦੇਵੀ ਦਾ ਪਿਆਰ ਚੇਤੇ ਕਰਦੇ ਰਹਿੰਦੇ। ਉਹਨਾਂ ਦੇ ਸਦੀਵੀ ਵਿਛੋੜੇ ਮਗਰੋਂ ਓਮਕਾਰ ਨਾਥ ਨੂੰ ਯਾਰਾਂ ਬੇਲੀਆਂ ਲੱਗਦਿਆਂ ਲਾਣਿਆਂ ਅਤੇ ਇੱਥੋਂ ਤੀਕ ਕਰਕੇ ਮਾਂ ਜੀ ਨੇ ਵੀ ਦੂਜੇ ਵਿਆਹ 'ਤੇ ਰਾਜ਼ੀ ਕਰਨ ਦੀ ਬਾਹ ਲਾਈ, ਪਰ ਓਮਕਾਰ ਨਾਥ ਆਪਣੇ ਪਤਨੀ ਵਰਤ ਉੱਤੇ ਡਟੇ ਰਹਿ ਅਤੇ ਆਖਿਆ, ਮੈਂ ਰਾਮ ਨੂੰ ਪਿਆਰ ਕਰਨਾ ਅਤੇ ਉਹਦੇ ਵਾਕਣ ਸਮਝਣਾ ਕਿ ਬੰਦੇ ਨੂੰ ਹਯਾਤੀ ਵਿੱਚ ਇੱਕੋ ਵਿਆਹ ਕਰਨਾ ਚਾਹੀਦਾ ਅਤੇ ਉਹਨੂੰ ਹੀ ਮਾਣਦਿਆਂ ਰਹਿਣਾ ਚਾਹੀਦਾ। ਕਲਾਕਾਰਾਂ ਨੂੰ ਅਕਸਰ ਕਈ ਕਈ ਵੈਲ ਹੁੰਦੇ ਨੇ, ਅਜਿਹੇ ਲੋਕਾਂ ਵਿੱਚ ਰਹਿ ਕੇ ਵੀ ਓਮਕਾਰ ਨਾਥ ਦਾ ਜੀਵਨ ਚਿੱਟੀ ਚਾਦਰ ਵਾਕਣ ਸੀ। ਉਹ ਕਿਸੇ ਮਹਿਲ ਨੂੰ ਨੇੜੇ ਨਹੀਂ ਸਨ ਲੱਗਣ ਦਿੰਦੇ। ਆਪਣੀ ਘਰਵਾਲੀ ਦੇ ਸਦੀਵੀ ਵਿਛੋੜੇ ਦੀ ਸੱਟ ਤੋਂ ਵੱਲ ਹੋਣ ਮਗਰੋਂ ਉਹਨਾਂ ਮੁੜ ਗਾਉਣਾ ਛੋਇਆ ਤਾਂ ਉਹਨਾਂ ਦੇ ਸੁਰਾਂ ਵਿੱਚ ਪੀੜ ਦੀ ਛਾਂ ਸੰਘਣੀ ਹੋ ਗਈ। ਉਹਨਾਂ ਬਦੌਖ ਦੀਆਂ ਸੱਟਾਂ ਫੇਟਾਂ ਨੂੰ ਉੱਥੇ ਹੀ ਛੱਡਿਆ ਅਤੇ ਬੰਬਈ ਟੁਰ ਆਏ। ਇੱਥੇ ਸੰਗੀਤ ਨਿਕੇਤਨ ਉਸਾਰੇ ਉਹਨੇ। ਇਦੋਂ ਉਹਨਾਂ ਪੂਰਾ ਮੁਲਕ ਫਿਰ ਕੇ ਥਾਂ ਥਾਂ ਸੰਗੀਤ ਬੈਠਕਾਂ ਕੀਤੀਆਂ। ਉਹਨਾਂ ਦੀ ਹਰ ਪਾਸੇ ਚੜ੍ਹ ਮੱਚ ਗਈ। ਮਦਨ ਮੋਹਨ ਮਾਲਵੀਆ ਬਨਾਰਸ ਦੀ ਹਿੰਦੂ ਯੂਨੀਵਰਸਿਟੀ ਵਿੱਚ ਸੰਗੀਤ ਫੈਕਲਟੀ ਉਸਾਰਨ ਨੂੰ ਸੱਦਰ ਦੇ ਸਨ, ਪਰ ਉਹ ਇਸ ਨੂੰ ਅਗੇਤੇ ਹੀ ਚਲਾਉਣਾ ਕਰ ਗਏ। ਇਹ ਸੱਦਰ ਉਹਨਾਂ ਦੇ ਪੁੱਤਰ ਪੰਡਿਤ ਗੋਵਿੰਦ ਮਾਲਵੀਆ ਲਈ 1950 ਵਿੱਚ ਫੈਕਲਟੀ ਬਣੀ ਤਾਂ ਪੰਡਿਤ ਓਮਕਾਰ ਨਾਥ ਉਹਦੇ ਪਹਿਲੇ ਡੀਨ ਲੱਗੇ। ਇੱਥੇ ਉਹਨਾਂ ਆਪਣੇ ਗੁਣਾ ਵਸਬਾ ਨਾਲ ਸੰਗੀਤ ਦੀ ਬੇਅੰਤ ਸੇਵਾ ਕੀਤੀ। ਅੰਗਾਂ ਸਾਕਾਂ ਤੋਂ ਮੋਕਲੇ ਹੋ ਕੇ ਉਹਨਾਂ ਸ਼ਗਿਰਦ ਦੀ ਸਕੇ ਧੀ ਪੁੱਤਰ ਜਾਤੇ। ਉਹਨਾਂ ਆਪਣੇ ਪਿੱਛੇ ਸ਼ਗਿਰਦਾਂ ਦੇ ਕਈ ਪੂਰ ਛੱਡੇ, ਜਿਨ੍ਹਾਂ ਵਿੱਚੋਂ ਕਈ ਨਾਮੀ ਗਵੱਈਏ ਬਣੇ ਅਤੇ ਕਈਆਂ ਸੰਗੀਤ ਵਿੱਦਿਆ ਦੇ ਜਾਣਕਾਰਾਂ ਪਾਰੋਂ ਵੱਡਾ ਨਾਂ ਖੱਟਿਆ। ਕੁਝ ਨਾਵਾਂ ਦਾ ਵੇਰਵਾ। ਡਾਕਟਰ ਪ੍ਰੇਮ ਲਤਾ ਸ਼ਰਮਾ, ਯਸ਼ਵੰਤ ਰਾਏ ਪੁਰੋਹਿਤ, ਬਲਵੰਤ ਰਾਏ ਭੱਟ, ਕੰਕਰਾਏ ਤ੍ਰਿਵੇਦੀ, ਸ਼ਿਵ ਕੁਮਾਰ ਸ਼ੁਕਲਾ, ਫਿਰੋਜ਼ ਕੇ ਦਸਤੂਰ, ਭਜਨ ਬਿਜਨ ਬਾਲਾ ਗੋਸ਼ ਵਸਤੀਦਾਰ, ਡਾਕਟਰ ਐਨ ਰਾਜਮ, ਰਾਜਬਾ ਸੌਂਤਕੇ, ਸ਼੍ਰੀਮਤੀ ਸੁਭਦਰਾ
ਸੁਭਦਰਾ ਕੁਲ ਸ਼੍ਰੇਸ਼ਟਾ, ਸ਼੍ਰੀਮਤੀ ਸੁਭਦਰਾ ਕੁਲ ਸ਼੍ਰੇਸ਼ਟਾ, ਅਟਲ ਡਿਸਾਈ, ਪੀ ਐਨ ਬਰਵੇ, ਕੁਮ ਨਲਨੀ, ਗੁਜਿੰਦਰਾ ਗੁਡਕਰ ਅਤੇ ਹੋਰ ਕਈ। ਘੱਟ ਹੀ ਕਿਸੇ ਸੰਗੀਤਕਾਰ ਇੰਨੇ ਸ਼ਾਗਿਰਦਾਂ ਨੂੰ ਸਿਖਾਇਆ ਹੋ ਸੀ। ਡਾਕਟਰ ਐਨ ਰਾਜਮ ਉਹਨਾਂ ਦੇ ਬਹੁ ਚੁਣਿੰਦੇ ਸ਼ਾਗਿਰਦ ਸਨ। ਛੇਕੜਲੇ ਵਰ੍ਹਿਆਂ ਵਿੱਚ ਇਹੋ ਹੀ ਵਾਇਲਨ 'ਤੇ ਸੰਗਤ ਕਰਦੇ ਸਨ। ਇਹਨਾਂ ਬੀਬੀ ਹੋਰਾਂ ਦੇ ਅੰਗ ਵਿੱਚ ਵਿਹਾਣੇ ਦੀਆਂ ਛੋਹਾਂ ਆਪਣੇ ਗੁਰੂ ਦੇ ਸੰਗੀਤ ਤੋਂ ਹੀ ਨੇ। ਉਹ ਜਿੱਥੇ ਗੁਰੂ ਜੀ ਦੀਆਂ ਖਾਸ ਥਾਵਾਂ ਕਾਕੋ ਪ੍ਰਯੋਗ ਛੁਆਉਂਦੇ ਨੇ, ਉਹਨਾਂ ਦੀਆਂ ਅੱਖਾਂ ਸਿੰਝ ਪੈਂਦੀਆਂ ਨੇ। ਇੰਝ ਵੀ ਗੁਰੂ ਭਗਤੀ, ਇੰਝ ਦੀ ਗੁਰੂ ਭਗਤੀ ਓਮਕਾਰ ਨਾਥ ਆਪਣੇ ਸ਼ਾਗਿਰਦਾਂ ਦੇ ਮਨਾਂ ਵਿੱਚ ਵਸਾ ਦਿੰਦੇ ਸਨ। ਪੰਡਿਤ ਓਮਕਾਰ ਨਾਥ ਮੰਨੇ ਪਰਮੰਨੇ ਵਾਇਲਨੀਏ ਪਰੇਰੇ ਸੁੰਦਰਮ ਦੇ ਬੇਲੀ ਅਤੇ ਗੁਰੂ ਬੰਧੂ ਸਨ। ਸੁੰਦਰਮ ਹੋਰਾਂ ਦੇ ਪੁੱਤਰ ਐੱਮ ਐੱਸ ਗੋਪਾਲ ਕ੍ਰਿਸ਼ਨਨ ਇਸ ਵੇਲੇ ਕਰਨਾਟਕ ਅਤੇ ਹਿੰਦੁਸਤਾਨੀ ਸੰਗੀਤ ਦੇ ਮੋਹਰੀ ਵਾਇਲਨੀਏ ਨੇ। ਐੱਮ ਐੱਸ ਜੀ ਵਾਇਲਨ ਉੱਤੇ ਪੰਡਿਤ ਓਮਕਾਰ ਨਾਥ ਦਾ ਹੀ ਅੰਗ ਵਜਾਉਂਦੇ ਨੇ। ਐਡੇ ਵੱਡੇ ਸ਼ਾਗਿਰਦ ਪਰਿਵਾਰ ਨਾਲ ਪੰਡਿਤ ਹੋਰਾਂ ਦਾ ਵਰਤਾਰਾ ਬਹੁਤ ਪਿਆਰ ਕਰਨ ਵਾਲੇ ਪਿਓ ਵਾਕਣ ਨੀਜਵਾਂ ਹੁੰਦਾ ਸੀ। ਰੱਜ ਗੱਲੋਵਾਲ ਪਰ ਗਾਇਕ ਅਤੇ ਕੁਝ ਕੁਝ ਨਾਟਕਕਾਰ ਹੋਵਣ ਪਾਰੋਂ ਉਹ ਆਪਣੇ ਸੁਨੇਹਿਰਾਂ ਨੂੰ ਮੋਹ ਲੈਂਦੇ ਸਨ। ਉਹ ਸੰਗੀਤ ਕਲਾ ਨੂੰ ਸ਼ੁੱਧ ਰੱਖਣ ਲਈ ਸਾਫ ਸੁਥਰੇ ਅਤੇ ਨਰੋਏ ਸਰੀਰ ਦੀ ਲੋੜ ਨੂੰ ਉੱਤਮ ਮੰਨਦੇ ਸਨ। ਉਹ ਰੱਜ ਗੱਲੋਵਾਲ ਪਰ ਗਾਇਕ ਅਤੇ ਕੁਝ ਕੁਝ ਨਾਟਕਕਾਰ ਹੋਵਣ ਪਾਰੋਂ ਆਪਣੇ ਸੁਨੇਹਿਰਾਂ ਨੂੰ ਮੋਹ ਲੈਂਦੇ ਸਨ। ਉਹ ਸੰਗੀਤ ਕਲਾ ਨੂੰ ਸ਼ੁੱਧ ਰੱਖਣ ਲਈ ਸਾਫ਼ ਸੁਥਰੇ ਅਤੇ ਨਰੋਏ ਸਰੀਰ ਦੀ ਲੋੜ ਨੂੰ ਉੱਤਮ ਮੰਨਦੇ ਸਨ। ਇਸ ਲਈ ਨਾ ਛੜਾ ਆਪਣਾ ਜਪ ਤਪ ਕੀਤੀ ਰੱਖਦੇ ਸਨ, ਸਗੋਂ ਸ਼ਿਸ਼ਾਂ ਨੂੰ ਵੀ ਆਪਣੀਆਂ ਮਿਸਾਲਾਂ ਦੇ ਕੇ ਸਮਝਾਉਂਦੇ ਰਹਿੰਦੇ। ਓਮਕਾਰ ਨਾਥ ਹੋਰਾਂ ਦਾ ਆਪਣੇ ਮਾਂ ਜੀ ਨੂੰ ਸੁੱਖ ਅਤੇ ਆਰਾਮ ਦੇਣ ਦਾ ਸੁਪਨਾ ਸੀ। ਇਹ ਸੁਪਨਾ ਉਹਨਾਂ ਰੱਜ ਕੇ ਪੂਰਾ ਕੀਤਾ। ਬੜੇ ਖੁਸ਼ ਹੁੰਦੇ ਸਨ। ਮਾਤਾ ਜੀ 97 ਵਰੇ ਜਿਉਂਦੇ ਰਹੇ। ਅਖੀਰ ਤਾਈਂ ਉਹਨਾਂ ਦੀ ਸਿਹਤ ਬਹੁਤ ਚੰਗੀ ਸੀ। ਪੁੱਤਰ ਦੇ ਨਾਂ ਨਾਮਣੇ ਦਾ ਹੁਸ ਮਾਣਦੇ ਸਨ। ਪੰਡਿਤ ਓਮਕਾਰ ਨਾਥ ਨੇ ਆਪਣੇ ਸੋਹਣੇ ਘੜੇ ਅਤੇ ਤਾਕਤ ਵਾਲੇ ਆਵਾਜ਼, ਹਾਵ ਭਾਵ ਦੀ ਗਾਇਕੀ ਅਤੇ ਰਵਾਂ ਲੈਕਚਰਾਂ ਨਾਲ ਪੱਕੇ ਸੰਗੀਤ ਨੂੰ ਲੋਕਾਂ ਵਿੱਚ ਆਮ ਕੀਤਾ। ਉਹਨਾਂ ਦੇ ਗੁਰੂ ਜੀ ਦੀ ਵੀ ਇਹ ਬਖਾਇਸ਼ ਸੀ। ਓਮਕਾਰ ਨਾਥ ਹੋਰਾਂ ਬਾਰੇ ਡਾਕਟਰ ਰਾਜਮ ਲਿਖਦੇ ਨੇ, ਮੇਰੇ ਗੁਰੂ ਜੀ ਦੇ ਸੰਗੀਤ ਦੀ ਖਾਸ ਗੱਲ ਸੁਨੇਹਿਰਾਂ ਦੇ ਮਨਾਂ ਵਿੱਚ ਰੌਂ ਜਗਾਉਣਾ ਹੁੰਦਾ ਸੀ। ਇਹਦੇ ਲਈ ਉਹ ਸੁਰ, ਸਾਹਿਤਯ, ਹਾਵ ਭਾਵ ਅਤੇ ਬਾਜ ਦੇ ਆਕਾਰਾਂ ਥੀਂ ਰਜਵਾਂ ਕੰਮ ਲੈਂਦੇ। ਉਹਨਾਂ ਦਾ ਨਰਮ ਸੁਰੀਲਾ ਆਵਾਜ਼ ਉਹਨਾਂ ਦੇ ਮਨ ਦੇ ਕੋਮਲ ਅਤੇ ਡੂੰਘੇ ਰੌਂ ਸੌਖੇ ਰੋਲ ਲਿਆਉਂਦਾ। ਉਹਨਾਂ ਜੀਵਨ ਵਿੱਚ ਜਿਹੜੀ ਪੀੜ ਅਤੇ ਥੜੋਂ ਹੰਢਾਈ ਸੀ, ਉਹਦੀ ਪਾਰੋਂ ਉਹਨਾਂ ਦਾ ਸੰਗੀਤ ਬਹੁਤ ਹੀ ਮਨ ਉਤਰਵਾਂ ਹੋ ਗਿਆ ਸੀ। ਉਹਨਾਂ ਦੇ ਸੁਨੇਹਿਰਾਂ ਨੂੰ ਮੁੱਠ 'ਚ ਕਰ ਲੈਣ ਦਾ ਵੱਡਾ ਕਾਰਨ ਮੁੱਢਲੇ ਮਾਵਾਂ ਦੀ ਨਿਤਰਵੀਂ ਸਮਝ ਅਤੇ ਸੁਰਾਂ ਦਾ ਨਿਰੋਲ ਧਿਆਨ ਸੀ। ਸੰਗੀਤ ਉਹਨਾਂ ਲਈ ਬੰਦਗੀ ਸੀ। ਇੱਕ ਮਜ਼ਮੂਨ ਅਭਨੇ ਔਰ ਸੰਗੀਤ ਜਾਣੇ ਸਾਂਗ ਅਤੇ ਸੰਗੀਤ ਵਿੱਚ ਓਮਕਾਰ ਨਾਥ ਦੇ ਚਹਿੰਦੇ ਸ਼ਾਗਿਰਦ ਡਾਕਟਰ ਪ੍ਰੇਮ ਲਤਾ ਜੀ ਦੱਸਦੇ ਨੇ,
ਵੀ ਕਿਵੇਂ ਸਾਂਗਕਾਰੀ ਦਾ ਥੋੜ੍ਹਾ ਜਿਹਾ ਰਲਾ ਕਿਸੇ ਸੰਗੀਤਕਾਰ ਦੇ ਸੰਗੀਤ ਨੂੰ ਭਾਗ ਲਾ ਦਿੰਦਾ। ਬਹੁਤ ਸਾਰੇ ਗਵੱਈਏ ਇਸ ਪਾਸੇ ਚੋਖਾ ਧਿਆਨ ਨਹੀਂ ਦਿੰਦੇ ਅਤੇ ਸੁਨੇਹਰਾ ਅੰਦਰ ਕੋਈ ਰੌਂ ਜਗਾਉਣੋਂ ਆਤਰ ਰਹਿੰਦੇ ਨੇ। ਪੰਡਿਤ ਓਮਕਾਰ ਨਾਥ ਸਾਂਗ ਕਲਾ ਦੀ ਭਰਵੀਂ ਵਰਤੋਂ ਕਰਦੇ ਸਨ। ਉਹ ਅੱਖੀਂ ਚੜ੍ਹਦੇ ਕੱਪੜੇ ਪਾ ਕੇ ਸਟੇਜ 'ਤੇ ਆਉਂਦੇ, ਗਾਣੇ ਵਿੱਚ ਹੇਕਾਂ ਕੂਕਾਂ ਜਾਣੇ ਕਾਕੋ ਪ੍ਰਯੋਗ ਲਾਉਂਦੇ, ਮੁੱਖ ਮੁਦਰਾਵਾਂ ਫੇਸ਼ੀਅਲ ਐਕਸਪ੍ਰੈਸ਼ਨਸ ਵਿਖਾਲਦੇ ਅਤੇ ਹੱਥਾਂ ਦੇ ਹਿਲਾਨ ਜੁਲਾਨ ਨਾਲ ਆਪਣਾ ਗਾਣਾ ਉਘੇੜਦੇ। ਅਭਿਨੇ ਦੇ ਇਹਨਾਂ ਪੱਖਾਂ ਦੀ ਵਰਤੋਂ ਉਹ ਬੜੀ ਸੋਚ ਸਮਝ ਕੇ ਕਰਦੇ। ਸੁਣਨ ਦੇ ਨਾਲ ਨਾਲ ਉਹਨਾਂ ਨੂੰ ਵੇਖਣ ਵੀ ਬਹੁਤ ਸੁਹਾਂਦਾ। ਅਸੀਂ ਜਿਨ੍ਹਾਂ ਨੇ ਉਹਨਾਂ ਨੂੰ ਜੋਗੀ ਮਤ ਜਾ ਮੈਂ ਨਾ ਹੀ ਮੱਖਣ ਖਾਇਓ, ਇੱਕ ਬਨ ਜੋਗੀ, ਵੰਦੇ ਮਾਤਰਮ ਅਤੇ ਹੋਰ ਕਈ ਖਾਸ ਗੀਤ ਗਾਉਂਦਿਆਂ ਸੁਣਿਆ ਹੋਇਆ, ਇਹ ਚੀਜ਼ਾਂ ਚੇਤੇ ਕਰਦੇ ਤਾਂ ਸਾਨੂੰ ਉਹਨਾਂ ਦਾ ਜਿਉਂਦਾ ਜਾਗਦਾ ਗਾਣਾ ਦਿਸਣ ਲੱਗ ਪਾਉਂਦਾ। ਉਹਨਾਂ ਬਹਾਰ ਗਾਉਣੀ ਤਾਂ ਲੱਗਣਾ ਜਿਵੇਂ ਸੱਚੀ ਮੁੱਚੀ ਚੇਤਰ ਖਿੜਿਆ ਪਿਆ, ਅਤੇ ਨਿਲਾਮ ਬਰੀ ਵਾਰੀ ਹਰ ਪਾਸੇ ਮੂੰਝ ਵਰਤ ਜਾਣੀ। ਉਹਨਾਂ ਦੀ ਅਲਾਪਚਾਰੀ ਵਿੱਚ ਹੱਸੂ ਖਾਂ ਦੇ ਪੁੱਤਰ ਔਲੀਆ ਰਹਿਮਤ ਖਾਂ ਦਾ ਅੰਗ ਬੋਲਦਾ ਸੀ। ਆਪਣੇ ਗੁਰੂ ਪੰਡਿਤ ਵਿਸ਼ਨੂੰ ਡਿਗੰਬਰ ਦੇ ਗਾਣੇ ਨੂੰ ਉਹਨਾਂ ਧੁਰ ਅੰਦਰ ਤਾਂ ਹੀ ਉਤਾਰਿਆ ਆਇਆ ਸੀ। ਉਹਨਾਂ ਦੇ ਗੁਰੂ ਜੀ ਠੁਮਰੀ ਨੂੰ ਚੰਗਾ ਨਹੀਂ ਸਨ ਜਾਣਦੇ, ਪਰ ਫਿਰ ਵੀ ਓਮਕਾਰ ਨਾਥ ਬੜੇ ਸੋਹਣੇ ਢੰਗ ਨਾਲ ਠੁਮਰੀ ਗਾਉਣ ਲੈਂਦੇ ਸਨ। ਬਹੁ ਵੱਡੇ ਵਿਦਵਾਨ ਹੋਵਣ ਪਾਰੋਂ ਉਹਨਾਂ ਆਪਣੇ ਪਿੱਛੇ ਸੰਗੀਤ ਦੇ ਅਣਮੁੱਲੇ ਖਜ਼ਾਨੇ ਲਿਖਤ ਰੂਪ ਵਿੱਚ ਛੱਡੇ, ਜਿਵੇਂ ਸੰਗੀਤਾਂਜਲੀ ਲੜੀ, ਪ੍ਰਾਣਵ ਭਾਰਤੀ ਜਿਹਦੇ ਵਿੱਚ ਉਹਨਾਂ ਸੁਰ ਰਾਗ ਅਤੇ ਰਸ ਤਿੰਨ ਪੱਖਾਂ ਉੱਤੇ ਚਾਨਣ ਪਾਇਆ ਹੋਇਆ, ਉਹ ਸੁਰਕਾਰ ਅਤੇ ਵਿਗੇਕਾਰ ਵੀ ਸਨ। ਉਹਨਾਂ ਦੀ ਸਾਤਿਆ ਅਤੇ ਸੰਗੀਤ ਦੋਵਾਂ ਉੱਤੇ ਸਾਵੀਂ ਪਕੜ ਸੀ। ਆਪਣੀਆਂ ਅਸਥਾਈਆਂ ਦੇ ਅਖੀਰ ਉੱਤੇ ਉਹ ਆਪਣਾ ਸੰਗੀਤ ਨਾਮ ਵਰਤਦੇ ਸਨ, ਪ੍ਰਾਣਵ ਜਾਂ ਪ੍ਰਾਣਵ ਰੰਗ ਕਰਕੇ। ਉਹ ਆਪਣੇ ਸੁਣਵਈਆਂ ਉੱਤੇ ਬੜੀ ਡੂੰਘੀ ਅੱਖ ਰੱਖਦੇ, ਝੱਟ ਮਨਾਂ ਨੂੰ ਪੜ੍ਹ ਲੈਂਦੇ। ਸੰਗੀਤਾਂਜਲੀ ਵਿੱਚ ਉਹਨਾਂ ਕਰਤ ਵਿੱਦਿਆ ਦੇ ਪੱਖ ਤੋਂ ਗੱਲ ਕੀਤੀ ਹੈ ਅਤੇ ਪ੍ਰਾਣਵ ਭਾਰਤੀ ਵਿੱਚ ਗਿਆਨ ਪੱਖ ਤੋਂ। ਓਮਕਾਰ ਨਾਥ ਜੀ ਨੇ ਸ੍ਰੀ ਕਲਾ ਸੰਗੀਤ ਭਾਰਤੀ ਬਣਾਉਣ ਲਈ 1950 ਤੋਂ ਲੈ ਕੇ 1957 ਤਾਈਂ ਦਿਲ ਅਤੇ ਰੂਹ ਨਾਲ ਕੰਮ ਕੀਤਾ। ਓਮਕਾਰ ਨਾਥ ਜੀ ਨੇ ਸ੍ਰੀ ਕਲਾ ਸੰਗੀਤ ਭਾਰਤੀ ਬਣਾਉਣ ਲਈ 1950 ਤੋਂ ਲੈ ਕੇ 1957 ਤਾਈਂ ਦਿਲ ਅਤੇ ਰੂਹ ਨਾਲ ਕੰਮ ਕੀਤਾ। 1954 ਵਿੱਚ ਉਹਨਾਂ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ, ਪਰ ਉਹ ਛੇਤੀ ਸੰਭਲ ਗਏ। ਆਖਰੀ ਵਾਰ ਉਹਨਾਂ ਨੂੰ ਮੈਂ 1965 ਵਿੱਚ ਲਖਨਊ ਰੇਡੀਓ ਦੇ ਕੰਸਰਟ ਵਿੱਚ ਸੁਣਿਆ। ਐਨ ਰਾਜਮ ਉਹਨਾਂ ਨਾਲ ਵਾਇਲਨ ਉੱਤੇ ਸੰਗਤ ਕੀਤੀ। ਐਨ ਰਾਜਮ ਉਹਨਾਂ ਨਾਲ ਵਾਇਲਨ ਉੱਤੇ ਸੰਗਤ ਕੀਤੀ। 1965 ਵਿੱਚ ਅਧਰੰਗ ਹੋ ਗਿਆ, ਉਦੋਂ ਬੰਬਈ ਸਨ। ਕੁਝ ਵੱਲ ਹੋਏ ਤਾਂ ਆਪਣੇ ਪਿੰਡ ਜਾ ਕੇ ਇੱਕ ਘਰ ਮੁੱਲ ਲੈ ਲਿਆ, ਪਰ ਉੱਥੇ ਸੁੱਖ ਨਾਲ ਰਹਿਣਾ ਨਸੀਬ ਨਾ ਹੋਇਆ। ਜੂਨ 1966 ਵਿੱਚ ਦੂਜੀ ਵਾਰ ਅਧਰੰਗ ਹੋਇਆ ਤਾਂ ਹਿੱਲਣ ਜੋਗੇ ਨਾ ਰਹਿ। ਉਹਨਾਂ ਦੇ ਅੰਤਲੇ ਵਰੇ ਬੜੇ ਔਖੇ ਲੰਘੇ, ਭੈਣ ਭਰਾ ਮਾਂ ਅਤੇ ਤ੍ਰਿਮਤ ਸਭ ਗੁਜ਼ਰ ਗਏ ਸਨ। ਡਾਕਟਰ ਰਾਜਮ ਲਿਖਦੇ ਨੇ ਉਹਨਾਂ ਆਪਣਾ ਜੀਵਨ ਇਕੱਲਿਆਂ ਛੱਡਿਆ, ਉਹਨਾਂ ਆਪਣਾ ਜੀਵਨ
ਇਕੱਲਿਆਂ ਕੱਟ ਛੱਡਿਆ। ਨਾ ਆਪਣਾ ਘਰ ਸੀ, ਨਾ ਕੋਈ ਅੰਗ ਸਾਕ ਜਿਹੜਾ ਅਖੀਰੀ ਦਿਨਾਂ ਵਿੱਚ ਕੋਲ ਹੁੰਦਾ, ਅਤੇ ਨਾ ਹੀ ਕੋਈ ਸੇਵਾਦਾਰ। 65 ਮਰਿਆਂ ਦੀ ਉਮਰੇ ਬੌਕਰ ਬੁਹਾਰੀ ਦਿੰਦਿਆਂ ਅਤੇ ਆਪਣੀ ਰੋਟੀ ਆਪ ਪਕਾਉਂਦਿਆਂ ਵੇਖ ਕੇ ਦਿਲ ਸੜਦਾ ਸੀ। ਅਤੇ ਜਦੋਂ ਉਹਨਾਂ ਆਪਣੇ ਲੁਹਾ ਦੇ ਵੇਲੇ ਇੱਕ ਘਰ ਖਰੀਦਿਆ ਵੀ, ਤਾਂ ਮੌਤ ਦਾ ਹੈਂਸਿਆਰਾ ਹੱਥ ਉਹਨਾਂ ਨੂੰ ਤੋੜ ਕੇ ਲੈ ਗਿਆ। ਉਹ ਅਧਰੰਗ ਨਾਲ ਪੂਰੇ 3 ਵਰੇ ਮੰਜੀ ਨਾਲ ਮੰਜੀ ਹੋਏ ਰਹਿ ਓੜਕ ਮੌਤ ਹੀ ਦਾਰੂ ਹੋਈ। ਕਾਸ਼ੀ ਛੱਡ ਕੇ ਬਰੋਚ ਆ ਗਏ ਹੋਏ ਸਨ, ਇਸ ਕਰਕੇ 2-4 ਹੀ ਸ਼ਿਗਿਰਦ ਉਹਨਾਂ ਦੀ ਟਹਿਲ ਸੇਵਾ ਕਰ ਸਕੇ। ਅਰਥੀ ਉੱਠੀ ਤਾਂ ਮੋਢਾ ਦੇਣ ਵਾਲੇ 90 ਸ਼ਿਗਿਰਦਾਂ ਵਿੱਚ ਬਲਵੰਤ ਰਾਏ ਭੱਟ ਵੀ ਸਨ। ਪੰਡਿਤ ਓਮਕਾਰ ਨਾਥ ਠਾਕਰ 29 ਦਸੰਬਰ 1967 ਵਿੱਚ ਇਸ ਦੁਨੀਆ ਤੋਂ ਪੂਰੇ ਹੋਏ। ਗ੍ਰਾਮੋਫੋਨ ਤਵਿਆਂ ਦੇ ਨਾਲ ਨਾਲ ਆਲ ਇੰਡੀਆ ਰੇਡੀਓ ਦੇ ਭੰਡਾਰ ਵਿੱਚ ਉਹਨਾਂ ਦੀ ਢੇਰ ਸਾਰੀ ਫਿਤੇਬੰਦੀ ਸਾਂਭੀ ਪਈ।